ਆਮੀ ਕਮਾਲੇ ਕੀ ਹਾਲ ਨੀ ਕਾ ਬਾਦਾ ਨੀ ਯਾ ਮੇਰੇ ਮਾਤੇ ਹਾਂ ਭਈ ਓ ਯਾਰ ਕਮਾਲੇ ਕੋਲੇ ਖਤਮ ਹੋਏ ਨੇ ਤੂੰ ਖਾਲੀ ਬੋਰੀ ਲੈ ਕੇ ਫਿਰਨੇ ਦੋ ਬੋਰੀਆਂ ਕੋਲਿਆਂ ਦੀਆਂ ਚੱਲ ਤੂੰ ਗੱਲ ਸੁਣ ਬਰਫ ਵਾਲੇ ਕੋਲ ਜਾ ਦੋ ਬਲਾਕ ਬਰਫ ਦੇ ਐਲੋ ਫੜੋ ਪੈਸੇ ਚਾਂਪਾ ਵਾਲੇ ਪੈਸੇ ਵੀ ਰਹਿੰਦੇ ਨੇ ਚਾਂਪਾ ਵਾਲੇ ਦੇ ਵੀ ਲਵੋ ਐਲੋ ਚਲੋ ਯਾਰ ਜਲਦੀ ਆਣਾ ਮੇਰਾ ਨਾਂ ਲੈਣਾ ਤੇਜ਼ੀ ਨਾਲ ਯਾ ਮੇਰੇ ਮਾਲਿਕ ਕਿਸੇ ਨੇਕ ਦੇ ਮੱਥੇ ਲਾਈ ਮੈਂ ਕਿਹਾ ਇੰਨਾ ਅਰਸਾ ਹੋ ਗਿਆ ਕਿੱਥੇ ਸਨ ਸਰਕਾਰਾਂ ਬੈਠੋ ਮੇਰਾ ਇੱਥੇ ਸਾਡੇ ਕੋਲ ਵੀ ਹੁਣ ਦੱਸੋ ਕਿੱਥੇ ਸੋ ਤੁਸੀਂ ਭਾਜੀ ਬਾਦਸ਼ਾਹ ਇੰਜ ਹੀ ਸਮਝੋ ਕਿ ਤੁਹਾਡੇ ਵਰਗਾ ਇੱਕ ਸੱਜਣ ਯਾਰ ਕਿਸੇ ਮੁਸ਼ਕਿਲ ਚ ਫਸ ਗਿਆ ਅੱਛਾ ਅੱਛਾ ਤੇ ਉਹਨੂੰ ਮੁਸ਼ਕਿਲ ਚੋਂ ਕਢਾਉਣ ਲਈ ਮੈਨੂੰ ਗੁਜਰਾਂ ਵਾਲੇ ਜਾਣਾ ਅੱਛਾ ਹਾਂਜੀ ਇਹ ਤੁਹਾਡੇ ਵਰਗੀਆਂ ਚੰਦ ਨੇਕ ਰੂਹਾਂ ਨੇ ਜਿਨ੍ਹਾਂ ਦਾ ਲੋਕਾਂ ਨੂੰ ਆਸਰਾ ਜੇ ਹੱਸਦੇ ਰਹੋ ਤੇ ਵੱਸਦੇ ਰਹੋ ਭਾਜੀ ਬਾਦਸ਼ਾਹ ਮੈਂ ਕੀ ਤੇ ਮੇਰੀ ਔਕਾਤ ਕੀ ਉਹ ਸੋਹਣੇ ਰੱਬ ਦਾ ਡਾਢਾ ਕਰ ਉਹੋ ਹੀ ਸਭ ਦੇ ਵਸੀਲੇ ਬਣਾਉਣ ਵਾਲਾ ਉਹੋ ਹੀ ਸਭ ਦੇ ਪਰਦੇ ਕੱਢਣ ਵਾਲਾ ਜੀ ਤੁਸੀਂ ਸੁਣਾਓ ਬਾਦ ਸਾਹਿਬ ਕਾਰੋਬਾਰ ਠੀਕ ਚੱਲ ਰਹੇ ਨੇ ਖੈਰ ਬੜਾ ਆਲਾ ਕਾਰੋਬਾਰ ਚੱਲ ਰਿਹਾ ਘਰ ਬੱਚੇ ਵੀ ਠੀਕ ਨੇ ਹਰ ਚੀਜ਼ ਠੀਕ ਹੈ ਮਾਸ਼ਾਅੱਲਾ ਬਸ ਪੀਰ ਸਾਬਰ ਸ਼ਾਹ ਵਲੀ ਰੰਧਾਵੁਰ ਸਿੰਘ ਤੇ ਮੁੰਡੇ ਡਾਲੀ ਲੈ ਕੇ ਜਾ ਰਹੇ ਨੇ ਸੁਭਾਨ ਅੱਲਾਹ ਬਾਜੀ ਆਉਣ ਜਿਹੜੀ ਬਿਸਮਿਲਾ ਜੀ ਬਿਸਮਿਲਾ ਪਿਛਲੀ ਵਾਰੀ ਤੁਸੀਂ ਮੈਨੂੰ ਬੁਲਾ ਕੇ ਆਪ ਪਤਾ ਨੀ ਕਿੱਥੇ ਰਹਿ ਗਏ ਸੋ ਵੀ ਅੱਜ ਚਿਟਕੂ ਕਿਉਂ ਨੀ ਆਇਆ ਕਹਿੰਦਾ ਸੀ ਸਰਮਤ ਭਾਈ ਇਹ ਮੱਛੀਆਂ ਰੁੱਖਾਂ ਉੱਤੇ ਕਿਉਂ ਨੀ ਚੜ ਸਕਦੀਆਂ ਵੈਸੇ ਗੱਲ ਤੇ ਉਹਨੇ ਸੋਚਣ ਵਾਲੀ ਕੀਤੀ ਸੀ ਤੇ ਮੈਂ ਅਜੀ ਤੱਕ ਕੀ ਸੋਚੀ ਪਿਆ ਵਾ ਆ ਚਲੋ ਛੱਡੋ ਤੁਸੀਂ ਛੱਡੋ ਇੱਕ ਪਹਿਲੀ ਤੇ ਬੁੱਝੋ ਇੱਕ ਭਰ ਤੇ ਬੁੱਝੋ ਦਾਲ ਮਾਲ ਤਾਲ ਤੇ ਬੁੱਝੋ ਕਿਸ ਦੇ ਨਾਲ ਬੁੱਝੋ ਬੁੱਝੋ ਔਰ ਤੂੰ ਬੁੱਝ ਬੜਾ ਸਿਆਣਾ ਬੰਦਾ ਤੂੰ ਬੁੱਝ ਨਹੀਂ ਬੁੱਝ ਸਕੇ ਨਾ ਮੇਰਾ ਸੋਨਾ ਭਰਾ ਤੇਰੇ ਕੱਪੜੇ ਗੰਦੇ ਹੋ ਗਏ ਨੇ ਨਾ ਤੂੰ ਜਾ ਤੇ ਕੱਪੜੇ ਬਦਲ ਕੇ ਆ ਜਾ ਮੇਰਾ ਸਾਈ ਵੀਰ ਦਾਲ ਮਾਲ ਤਾਲ ਬੁੱਝੋ ਕਿਸ ਦੇ ਨਾਲ ਦਾਲ ਮਾਲ ਤਾਲ ਬੁੱਝੋ ਕਿਸ ਦੇ ਨਾਲ ਦਾਲ ਮਾਲ ਤਾਲ ਰ
ਰੋਸ਼ਨੀ ਪੁੱਤਰ ਰੋਸ਼ਨੀ ਪੁੱਤਰ ਰੋਸ਼ਨੀ ਪੁੱਤਰ ਆਈ ਅੱਬਾ ਜੀ ਜੀ ਅੱਬਾ ਜੀ ਉਹ ਪੁੱਤਰ ਰੋਟੀ ਨੂੰ ਇੰਨੀ ਦੇਰ ਲਾਤੀ ਮੇਰਾ ਵਕੀਲ ਪੁੱਤਰ ਭੁੱਖਾ ਬੈਠਾ ਹੋਣਾ ਹੈ ਹੈਲੋ ਅੱਬਾ ਜੀ ਲਿਆ ਮੇਰਾ ਪੁੱਤਰ ਤੇ ਅਮਜਦ ਭਾਈ ਨੂੰ ਕਹਿਣਾ ਅੱਜ ਘਰ ਛੇਤੀ ਆ ਜਾਣ ਨਾ ਅੱਜ ਉਹਨੇ ਛੇਤੀ ਨਹੀਂ ਹੋਣਾ ਅੱਜ ਉਹਨੇ ਤੇਰੇ ਨਾਜ਼ੁਕ ਮਿਜ਼ਾਜ ਖਾਵਨ ਵੱਲ ਜਾਣਾ ਹੀ ਮੈਸੇਜ ਕਰ ਲਿਆ ਸੀ ਕਿ ਕੋਈ ਜ਼ਰੂਰੀ ਗੱਲ ਕਰਨੀ ਹੈ ਉਹ ਪੁੱਤਰ ਇਹਦੇ ਵਿੱਚ ਫਿਕਰ ਵਾਲੀ ਕਿਹੜੀ ਗੱਲ ਹੈ ਨਾ ਮੇਰਾ ਪੁੱਤਰ ਕੋਈ ਐਸੀ ਗੱਲ ਹੈ ਉਹ ਟੋਪੀ ਬਣਾ ਮੇਰੀ ਤੇ ਲੈ ਮੈਂ ਰੋਟੀ ਲੈ ਕੇ ਚੱਲਿਆ ਹੀ ਉਹਦੀ ਫਿਕਰ ਵਾਲੀ ਪੁੱਤਰ ਕੋਈ ਗੱਲ ਨੀ ਵੀਰ ਆਪਣੇ ਦਾ ਖਿਆਲ ਰੱਖੀ ਸ਼ਾਬਾਸ਼ عزیز طالب علموں ہمارے آج کے لیکچر کا موضوع ہے مین اینڈ انوائرمنٹ جیسا کہ آپ سب جانتے ہیں آپ کچھ نہیں جانتے ہمارے معاشرے میں ایک فرد اور دوسرے فرد کے درمیان خلیج میں اضافہ ہو رہا ہے اس کی بنیادی وجہ یہ ہے کہ ہماری معاشرتی اقدار ٹوٹ پھوٹ کا شکار ہے اور پرانی روایات کی جگہ نئی روایات جنم لے رہی ہیں ہم اپنی پرانی روایات سے جنہوں نے ہمیں ایک دوسرے کے ساتھ باندھ رکھا تھا دور ہوتے جا رہے ہیں ہمارے اندر بھائی چارے کی جگہ نفسہ نفسی سادگی و معصومیت کی جگہ چالاکی خود غرضی اور ایک دوسرے کو پیچھے ہٹا کر اپنا راستہ بنانے کا رجحان بڑھتا جا رہا ہے آئے ہائے نگوڑا سارا لیکچر آج ہی جارے گا کیا اللہ قسم سر بہت پیارے لگ رہے ہو آج اور روایات سے اس محرومی کا نتیجہ یہ بھی ہے
कि हम लोग एक दूसरे का एहतराम और इज्जत करना छोड़ देते हैं। नबील, तू क्यों चुप बैठ के बैठा है? कुछ नहीं यार, बस मूड जा ऑफ है। या अल्लाह खैर, कोई तेरी मजते नहीं खोल के ले गया? की दसा यार, ओही बक बक हुण ते कालेज ते मुंडे भी मैनू छेड़ना शुरू हो गए ने। गल ते वाकई फिक्र वाली है। उस्ताद ने पढ़ाना कि जे शागिर्दों की इज्जत ना करन दे। चल जा, आप हौली हौली सब ठीक हो जाएगा। वालेकुम अस्सलाम। वालेकुम अस्सलाम। बैठ बैठ पुत्री। की गल पुत्री, कुछ परेशान जा लगना है? अब्बा जी, नबील तो ही मसला है। अजय बेचारे ने नवा नवा कॉलेज ज्वाइन किया, पर हरे किसने उथे भी एदे बारे च किसने जहर घोल दिता। पुत्री, ओ परेशानी वाली गल जरूर है, पर इनू कोई एडा मसला ना बना। ना पुत्री, ना बिलकुल नहीं। वो लोकां दा ते काम ही है गल्लां करनियां, लोकां नू गल्लां करन दे। वो हासे च टाल जाया कर, आपे जुबानां उहनां दीआं बंद हो जाणगीआं। फिकर ना कर मेरा पुत्री, ना ना ए सारे वेले दे नाल ना सारियां चीजां ठीक हो जाणगीआं। तू अमजद पुत्र सलीम काठियाल जरा वर्कशॉप ते हुंदा वी, उह कहिंदा सी मैं मिलना चाहना वा। अब्बा जी, ओ पुत्र जवाई है, कोई गल नहीं, हो आई मैं जरा। ठीक है अब्बा जी, लै मैं होर भी एक दो काम कर ले। ओ पुत्री, ओ घबराना नहीं, हौसले नाल लद्दा। अच्छा पुत्र, सलाम अलैकुम। ओ छोटे, ओ 12-13 दा पाना दे तीन मूह वाला पेशकस लिया। ओ उस्ताद जी, ओ पेशकस 4 मूह वाला हुंदा है, ते नाले तुहाडे साला साहब बाहू अमजे दे तेरी तुरे आंदे ने। सोहरिया नहीं, मत मारिए, पुर क्रास ओनू मेरा ना दसी। बाहू जी, उस्ताद नू चुकदे गए होए ने। किसे ते आखे लग के झूठ बोलन दा कोई फायदा नहीं होंदा। हां जी, कशा बश अपना काम कर। चल सलीम साहब, लुकन छुपन दा कोई फायदा नहीं। ना मेनू की लोड़ है भी लुकन दी? की लोड़ है मेनू लुकन दी? देख बाबू अमजद, मेरा नाम है सलीम काठा, मैं गल करना डंके दी चोट ते। तुसी मेनू याद कीता सी? ओ छोटे, दो चावां लै के आ, ਉਹਨੂੰ ਕਿਸੇ ਦਾ ਮਲਾਈ ਟਕਾ ਕੇ ਪਾਵੇ। ਆਸਟਰਲ ਸਾਡੇ ਕੱਲਾ ਕੱਲਾ ਸਾਲਾ ਸਾਹਿਬ ਆਏ ਨੇ। ਨਹੀਂ ਨਹੀਂ ਨਹੀਂ, ਚਾਹ ਦੀ ਕੋਈ ਲੋੜ ਨਹੀਂ, ਮਲਾਈ ਵਾਲੀ ਚਾਹ ਤਾਂ ਮੈਂ ਇੰਝ ਵੀ ਨਹੀਂ ਪੀ ਸਕਦਾ। ਮੈਨੂੰ ਜ਼ਰਾ ਜਲਦੀ ਹੈ, ਤੁਸੀਂ ਦੱਸੋ ਮੈਨੂੰ ਕਿਉਂ ਬੁਲਾਇਆ ਸੀ? ਯਾਰ ਬਾਬੂ, ਸਾਡੀ ਵੀ ਖਬਰਗਿਰੀ ਰੱਖ ਲਿਆ ਕਰ। ਆਫਟਰਆਲ ਅਸੀਂ ਤੇਰੇ ਬਨੋਈ ਆ, ਸਾਡੇ ਵੀ ਕੋਈ ਹਕੂਕ ਹਨ, ਚਾਰ ਬੰਦੇ ਸਾਡੀ ਵੀ ਕੋਈ ਇੱਜ਼ਤ ਹੈ। ਤੁਸੀਂ ਕੋਈ ਜ਼ਰੂਰੀ ਗੱਲ ਕਰਨੀ ਸੀ ਮੇਰੇ ਨਾਲ? ਗੱਲ ਨਾ, ਹੁਣ ਗੱਲ ਨਹੀਂ, ਗੱਲਾਂ ਹੋਣਗੀਆਂ ਗੱਲਾਂ। ਚਾਰ ਬੰਦਿਆਂ ਚ ਪਤਾ ਲੱਗੇਗਾ ਕਿ ਸਲੀਮ ਕਾਠੇ ਦੀ ਇੱਜ਼ਤ ਕੀ ਹੈ। ਮੇਰਾ ਖਿਆਲ ਹੈ ਤੁਹਾਡੇ ਕੋਲ ਆਖਣ ਲਈ ਕੋਈ ਗੱਲ ਨਹੀਂ। ਖਾਮ ਖਾਮ ਮੇਰਾ ਤੁਸੀਂ ਟਾਈਮ ਬਰਬਾਦ ਕੀਤਾ। अगर कोई जरूरी गल करनी हो वे ना अगो तो बराए रास्त अब्बा जी नाल गल करया करो, उन्हां च सबर दा मादा मेरे तो ज्यादा है। क्यों, मैं क्यों करो रास्ता? मैं नहीं तुहाडी भैण नूं कढ़िया, उह आप घर छड के गई है। नाले अपनी भैण नूं जाके कह दई मेरा नाम है सलीम काठिया, मैं एक आवाज लावां ना ते कुड़ियां दी लैन लग जावे
ਹੁਣ ਕਹਿੰਦੀ ਜਿਸ ਤਰ੍ਹਾਂ ਲੜ ਕੇ ਗਈ ਹੈ ਉਸ ਤਰ੍ਹਾਂ ਹੀ ਵਾਪਸ ਆ ਜਾਵੇ, ਨਹੀਂ ਤੇ ਉਹਦੀ ਜਗ੍ਹਾ ਮਲਣ ਲਈ ਬੜੀਆਂ ਕੁੜੀਆਂ ਬੇਕਰਾਰ ਹਨ। ਠੀਕ ਠੀਕ ਹੈ ਕੀ ਹੈ, ਵੱਡੇ ਆਏ ਸਹੁਰੇ ਉਹ ਧੀਆਂ ਵਿਆਹ ਦਿੰਦੇ, ਪਹਿਲਾਂ ਸਹੁਰੇ ਬਣਨਾ ਤੇ ਸਿੱਖ ਲਵੋ। ਉਹ ਜਵਾਈ ਸ਼ੇਰ ਕੇ ਲਿਆਂਦਾ ਹੈ, ਸਹੁਰੇ ਜਵਾਈ ਦੀ ਇੱਜ਼ਤ ਦਾ ਹੀ ਨਹੀਂ ਪਤਾ। ਓ ਪਰਦੇਸੀਆ ਭੁੱਲ ਨਾ ਜਾਣਾ, ਭੁੱਲ ਨਾ ਜਾਣਾ, ਓ ਭੁੱਲ ਨਾ ਜਾਣਾ, ਓ ਪਰਦੇਸੀਆ, ਓ ਪਰਦੇਸੀਆ। ਅਸਲਾਮ ਵਾਲੇਕੁਮ ਭੱਟ ਸਾਹਿਬ, ਕੀ ਹਾਲ ਹੈ? ਵਾਲੇਕੁਮ ਅਸਲਾਮ, ਮੈਂ ਕਿਹਾ ਰੌਣਕਪੁਰੇ ਦੇ ਸ਼ਹਿਨਸ਼ਾਹ ਫੌਗ ਜੀ ਅੱਜ ਸਿਰੋ ਸਿਰ ਕਿੱਧਰ? ਭੱਟ ਸਾਹਿਬ ਘਰੋਂ ਸੁਬਹ ਸੁਬਹ ਨਿਕਲੀਏ ਤੇ ਤੁਹਾਡੇ ਕੋਲੋਂ ਲੰਘਦੇ ਹੋਈਏ ਤੇ ਤੁਹਾਡਾ ਦਰਸ਼ਨ ਨਾ ਕਰੀਏ, ਇਹ ਤੇ ਕਦੀ ਹੋ ਹੀ ਨਹੀਂ ਸਕਦਾ। ਕਿਸ ਤਰ੍ਹਾਂ ਫਿਰ? ਪਾਣੀ ਦਾ ਘੁੱਟ ਪਿਆ ਛੱਡੋ। ਆ ਪਾਣੀ ਕੀ ਮਹਿਲ ਕਰਨਾ, ਅੱਜ ਬੋਤਲ ਪੀਓ। ਨਾ 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 ਭੱਟ ਸਾਹਿਬ, ਬੋਤਲ ਪੀ ਕੇ ਗਲਾ ਜਿਹੜਾ ਚੋਕ ਹੋ ਜਾਂਦਾ, ਇਸ ਵਾਸਤੇ ਸਾਦਾ ਪਾਣੀ ਮੰਗਵਾ ਦਿਓ। ਠੀਕ ਹੈ। ਉਹ ਦਾਨੀ ਪੁੱਤਰ ਜੀ, ਸਾਹ ਜੀ, ਓਏ ਸ਼ਹਿਨਸ਼ਾਹ ਫੌਗ ਲਈ ਪਾਣੀ ਲਿਆ ਬਈ। ਅੱਛਾ ਜੀ, ਮੈਂ ਕਿਹਾ ਹੋਰ ਸੁਣਾਓ ਆਪਣਾ ਚੁੱਕੀਆਂ ਦਾ ਕੀ ਹਾਲ ਹੈ? ਸਭ ਅੱਲਾ ਦਾ ਕਰਮ ਹੈ ਭੱਟ ਸਾਹਿਬ, ਸ਼ੁਕਰ ਅਲਹਮਦੁਲਿਲਾ, ਦੋ ਵਕਤ ਦੀ ਰੋਟੀ ਸਕੂਨ ਨਾਲ ਮਿਲ ਜਾਂਦੀ ਹੈ ਤੇ ਖਾ ਕੇ ਤੇ ਲੰਮੀ ਤਾਣ ਕੇ ਸੌਂ ਜਾਈਦਾ। ਜਿਉਂਦੇ ਰਹੋ ਭੱਟ ਸਾਹਿਬ, ਡੇਰੇ ਆਬਾਦ ਰਹਿਣ, ਇਸੇ ਤਰ੍ਹਾਂ ਹੱਸਦੇ ਵਸਦੇ ਰਹੋ। ਲਓ ਫਿਰ ਸਾਨੂੰ ਇਜਾਜ਼ਤਾਂ ਬਖਸ਼ੋ। ਨਹੀਂ ਬੈਠੋ ਅਜੇ ਕਿੱਥੇ, ਇਹ ਜੋ ਗਾਂਦੇ ਆ ਰਹੇ ਸੋ ਉਹ ਪਰਦੇਸੀ ਆ, ਜਰਾ ਸਾਨੂੰ ਵੀ ਤੇ ਸੁਣਾਓ। ਅੱਛਾ ਜੀ, ਬਿਸਮਿਲਲਾ ਜੀ। ਓ ਪਰਦੇਸੀਆ, ਓ ਪਰਦੇਸੀਆ, ਭੁੱਲ ਨਾ ਜਾਣਾ, ਭੁੱਲ ਨਾ ਜਾਣਾ, ਓ ਭੁੱਲ ਨਾ ਜਾਣਾ, ਓ ਪਰਦੇਸੀਆ, ਓ ਪਰਦੇਸੀਆ, ਭੁੱਲ ਨਾ ਜਾਣਾ, ਭੁੱਲ ਨਾ ਜਾਣਾ, ਓ ਭੁੱਲ ਨਾ ਜਾਣਾ, ਓ ਪਰਦੇਸੀਆ, ਓ ਪਰਦੇਸੀਆ। ਹੈਲੋ ਜੀ ਬਾਬਾ? ਨਹੀਂ ਬਾਬਾ, ਮੈਂ ਇੱਕ ਕੰਮ ਚੱਲੀ ਆ, ਇੱਕ ਪੱਖੀ ਵਾਸਾਂ ਦੀ ਰਿਸਰਚ ਤੇ। ਨਹੀਂ 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 ਨਹੀਂ, ਮੈਂ ਛੇਤੀ ਘਰ ਆ ਜਾਂਗੀ। ਹਾਂਜੀ, ਨਹੀਂ ਮੈਂ ਉਹ ਡਰਾਈਵ ਨਹੀਂ ਕਰਦੀ ਪਈ, ਡਰਾਈਵਰ ਨਾਲ ਏ, ਤੁਸੀਂ ਬਿਲਕੁਲ ਫਿਕਰ ਨਾ ਕਰੋ, ਮੈਂ ਜਲਦੀ ਘਰ ਆ ਜਾਂਗੀ। ਤੁਸੀਂ ਲੰਚ ਕਰ ਲਿਓ, ਠੀਕ ਹੈ? ਪਾਪਾ ਆਪਣੀ ਮੈਡੀਸਨ ਲੈ ਲਿਓ। ਓਕੇ ਬਾਏ। ਅਮਜਦ, ਅਮਜਦ ਡਰਾਈਵਰ ਹਰਨ ਦੋ, ਅਮਜਦ, ਅਮਜਦ ਹਾਏ, ਅਮਜਦ ਕੈਸੀ ਹੋ? ਮੈਂ ਜ਼ੇਬ ਤੇ ਜਾਣੀ ਆ। ਹਾਂ ਡਰਾਈਵਰ, ਡਰਾਈਵਰ ਗੱਡੀ ਰੋਕੋ। ਅਮਜਦ ਤੂੰ, ਵਾਟ ਅ ਸਰਪ੍ਰਾਈਜ਼। ਜੇ ਤੈਨੂੰ ਦੱਸਿਆ ਹੁੰਦਾ ਕਿ ਤੂੰ ਇੱਥੇ ਰੌਣਕਪੁਰੇ ਵਿੱਚ ਰਹਿੰਦਾ ਹੈ, ਮੈਂ ਤੈਨੂੰ ਕਦੋਂ ਦਾ ਲੱਭ ਜਾਣਾ ਸੀ।